ਜੋੜਾਂ 'ਚ ਸੋਜਿਸ਼ ਤੋਂ ਬਗੈਰ ਹੋਇਆ ਬੈਕ ਜਾਂ ਨੈਕ ਦਰਦ, ਸਵੇਰ ਦੇ ਵਕਤ ਜੋੜਾਂ 'ਚ ਜਕੜਨ, ਬਾਰ ਬਾਰ ਬੁਖਾਰ ਚੜ੍ਹਨਾ, ਠੰਡ ਦੇ ਦਿਨਾਂ ਵਿੱਚ ਹੱਥਾਂ ਜਾਂ ਪੈਰਾਂ ਦਾ ਰੰਗ ਲਾਲ, ਨੀਲਾ ਜਾਂ ਡਿਸਕਲਰ ਹੋਣਾ, ਅੱਖ ਜਾਂ ਮੂੰਹ 'ਚ ਡਰਾਈਨੈਸ ਵਰਗੇ ਲੱਛਣ ਜੇਕਰ ਪਰਿਵਾਰ ਦੇ ਕਿਸੇ ਵੀ ਮੈਂਬਰ ਵਿੱਚ ਦਿਖਾਈ ਦੇਣ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਆਰਥਰਾਈਟਿਸ ਹੋ ਸਕਦਾ ਹੈ। ਇਹ ਜਾਣਕਾਰੀ ਰਾਜਗੁਰੂ ਨਗਰ ਦੀ ਮੈਡੀਕਲੀਨਿਕ ਦੇ ਡਾਕਟਰ ਜਸਨੀਤ ਸਿੰਘ ਕਟਪਾਲ, ਡਾਕਟਰ ਬੀ ਐੱਸ ਸ਼ਾਹ ਅਤੇ ਡਾਕਟਰ ਮਹਿੰਦਰ ਸਿੰਘ ਨੇ 12 ਅਕਤੂਬਰ ਨੂੰ ਮਨਾਏ ਜਾਣ ਵਾਲੇ ਆਰਥਰਾਈਟਿਸ ਡੇ ਦੇ ਸੰਬੰਧ ਵਿੱਚ ਦਿੱਤੀ। ਉਹਨਾਂ ਦੱਸਿਆ ਕਿ ਗਠੀਆ ਕਈ ਤਰ੍ਹਾਂ ਦਾ ਹੁੰਦਾ ਹੈ। ਗਠੀਆ ਰੋਗ ਨਾਲ ਸੰਬੰਧਿਤ ਮਰੀਜ਼ਾਂ ਵਿੱਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਗਠੀਏ ਦਾ ਕੋਈ ਇਲਾਜ ਨਹੀਂ। ਜੇਕਰ ਇਸ ਬਿਮਾਰੀ ਨੂੰ ਸ਼ੁਰੂ ਵਿੱਚ ਹੀ ਚੈੱਕ ਕਰਵਾ ਕੇ ਇਲਾਜ ਕੀਤਾ ਜਾਵੇ ਤਾਂ ਇਸ ਬਿਮਾਰੀ ਤੋਂ ਹਮੇਸ਼ਾ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ, ਪਰ ਇਸ ਨੂੰ ਨਜ਼ਰਅੰਦਾਜ਼ ਕਰਨਾ ਘਾਤਕ ਸਿੱਧ ਹੁੰਦਾ ਹੈ। ਐਕਚੁਅਲੀ ਸਰ ਹਜੇ ਤਾਂ ਕੋਈ ਸਟੱਡੀ ਹੋਈ ਨਹੀਂ, ਜਿਵੇਂ ਆਪਾਂ ਡਿਫਰੈਂਟ ਤੌਰ 'ਤੇ ਕਹੀਏ ਕਿ ਸਿਰਫ ਪੰਜਾਬ ਨੂੰ ਮੱਦੇ ਨਜ਼ਰ ਰੱਖ ਕੇ ਆਪਾਂ ਆਰਥਰਾਈਟਿਸ ਦੀ ਸਟੱਡੀ ਕੀਤੀ ਹੈ, ਉਹ ਨਹੀਂ ਹੋਈ ਹਜੇ ਤੱਕ। ਹਾਂ, ਨੈਸ਼ਨਲ ਆਂਕੜੇ, ਹਾਂ ਨੈਸ਼ਨਲ ਆਂਕੜੇ ਨੂੰ ਇੰਟਰਨੈਸ਼ਨਲ ਆਂਕੜਿਆਂ ਦੇ ਨਾਲ ਮਿਲਾਇਆ ਗਿਆ, ਉੱਥੇ ਵੀ ਆਹੀ ਦੇਖਿਆ ਗਿਆ ਹੈ ਕਿ ਬਈ ਜੋ ਇੰਟਰਨੈਸ਼ਨਲ ਆਂਕੜੇ 1-2% ਦੀ ਵੇਰੀਏਬਿਲਟੀ ਦੇ ਨਾਲ ਸੇਮ ਇੰਡੀਆ ਦੇ ਵਿੱਚ ਸੇਮ ਹੀ, ਹਾਂ, ਤੋ ਉਹੀ ਮੰਨ ਕੇ ਚੱਲਾਂਗੇ ਕਿ ਬਈ ਪੰਜਾਬ ਦੇ ਵੀ ਆਂਕੜੇ ਲਗਭਗ ਸੇਮ ਹੀ ਹੈ ਜਿਹੜੇ ਬਾਕੀ ਨੈਸ਼ਨਲ ਦੇ। ਚੌਂਕੜੀ ਮਾਰਨਾ ਜਾਂ ਬਹਿਣਾ ਜ਼ਿਆਦਾ ਦੇਰ, ਆਪਣੇ ਘਰਾਂ 'ਚ ਇੰਗਲਿਸ਼ ਸੀਟ ਔਰ ਇੰਡੀਅਨ ਸੀਟ ਦੋ ਕਿਸਮਾਂ ਹੁੰਦੀਆਂ। ਇੰਗਲਿਸ਼ ਸੀਟ 'ਤੇ ਜ਼ਿਆਦਾ ਜ਼ੋਰ ਪੈਂਦਾ ਵਾ, ਉਹ ਵੀ ਨੁਕਸਾਨਦਾਇਕ ਮੇਰੇ ਗੋਡੇ ਵਾਸਤੇ। ਜਿਹੜੀ ਇੰਡੀਅਨ ਸੀਟ ਹੈ ਉਹਦੇ ਉੱਪਰ ਪੈਰਾਂ ਦੇ ਭਾਰ ਜ਼ੋਰ ਪੈਂਦਾ ਹੈ, ਮਾਸਪੇਸ਼ੀਆਂ ਕਮਜ਼ੋਰ ਨੇ, ਵਰਜਿਸ਼ ਆਪਣੀ ਹੈ ਨਹੀਂ, ਮੋਟਾਪਾ ਵਧੀ ਜਾਂਦਾ, ਓਬੇਸਿਟੀ ਜਿਹਨੂੰ ਆਪਾਂ ਕਹੀ ਦੀ ਹੈ, ਉਸ ਕਰਕੇ ਗੋਡਿਆਂ ਦੇ ਵਜ਼ਨ ਜ਼ਿਆਦਾ ਪੈ ਕੇ ਭਾਵੇਂ ਉਹ ਚੌਂਕੜੀ ਮਾਰਨੀ ਹੋਏ ਭਾਵੇਂ ਪੈਰਾਂ ਦੇ ਭਾਰ ਬੈਠਣਾ ਹੋਏ ਉਹ ਦਿੱਕਤ ਦੇ ਜਾਂਦੀ। ਹਾਂਜੀ ਸਰ, ਸਰ ਬੇਸਿਕਲੀ ਨਾ ਆਹ ਲਾਈਫ ਸਟਾਈਲ ਦੇ ਉੱਪਰ ਹੈ, ਅਗਰ ਤੁਸੀਂ ਫਿੱਟ ਹੋ, ਤੁਹਾਡਾ ਵੇਟ ਨੋਰਮਲ ਹੈ, ਤੁਹਾਡੇ ਗੋਡੇ ਠੀਕ ਹੈ, ਤਾਂ ਥੋੜ੍ਹੀ ਦੇਰ ਚੌਂਕੜੀ ਮਾਰਨਾ ਤਾਂ ਨੁਕਸਾਨ ਨਹੀਂ ਹੈ। ਪਰ ਜਿਹੜੇ ਲੋਕਾਂ ਨੂੰ ਆਲਰੇਡੀ ਗੋਡਿਆਂ ਦੀ ਦਿੱਕਤ ਹੈ, ਜਿਨ੍ਹਾਂ ਦੇ ਦਰਦ ਆਲਰੇਡੀ ਆਉਣੀ ਸ਼ੁਰੂ ਹੋ ਗਈ, 60 ਸਾਲ ਤੋਂ ਉੱਪਰ ਉਮਰ ਦੇ ਲੋਕ ਜਿਨ੍ਹਾਂ ਦੇ ਆਲਰੇਡੀ ਡੀਜਨਰੇਸ਼ਨ ਗੋਡਿਆਂ ਦੀ ਹੋ ਚੁੱਕੀ ਹੈ, ਉਹਨਾਂ ਨੂੰ ਬਿਲਕੁਲ ਐਡਵਾਈਜ਼ੇਬਲ ਨਹੀਂ ਹੈਗਾ ਕਿ ਚੌਂਕੜੀ ਮਾਰ ਕੇ। ਆਪਾਂ ਦੇਖਿਆ ਵੀ ਹੋਊਗਾ ਜਿਹੜੇ ਪੇਂਡੂ ਲੋਕ ਹੈ ਉਹਨਾਂ ਦੇ ਗੋਡੇ ਜ਼ਿਆਦਾ ਪਕੜੇ ਹੁੰਦੇ ਆ, ਅਗਰ ਤੁਸੀਂ ਧਿਆਨ ਦਿਓਗੇ। ਸਰ ਹਰ ਇੱਕ ਤੌਰ 'ਤੇ ਮੈਂ ਇੱਥੇ ਇੰਡੀਅਨ ਜਾਂ ਇੰਗਲਿਸ਼ ਸੀਟ ਦੇ ਕੰਪੈਰੀਟੀਬਿਲਟੀ, ਉਹ ਵੀ ਡਿਬੇਟੇਬਲ ਟੋਪਿਕਸ ਹੈਗੇ ਹੈ। ਇੰਗਲਿਸ਼ ਸੀਟ ਦੇ ਆਪਣੇ ਅਲੱਗ ਨੁਕਸਾਨ ਹੈ, ਇੰਡੀਅਨ ਸੀਟ ਦੇ ਅਲੱਗ, ਬਟ ਆਪਾਂ ਗੋਡਿਆਂ ਦੇ ਮੱਦੇ ਨਜ਼ਰ ਰੱਖ ਕੇ ਚੱਲੀਏ ਤਾਂ ਇੰਡੀਅਨ ਸੀਟ 'ਤੇ ਜ਼ਿਆਦਾ ਨੁਕਸਾਨ। ਕਿੰਨੇ ਕੁ ਪਰਸੈਂਟ ਦੇ ਕੇਸਿਸ ਨੇ ਜਿਹੜੇ ਬਿਨਾਂ ਜਿਹਦੇ ਜੋੜ ਬਦਲੇ ਬਿਨਾਂ ਵੀ ਹੋ ਸਕਦਾ? ਬੇਸਿਕਲੀ ਗੋਡਿਆਂ ਦੀ ਜਿਹੜੀ ਰਿਪਲੇਸਮੈਂਟ ਹੈ ਉਹਦੀਆਂ ਐਕਸਰੇ 'ਤੇ 5 ਸਟੇਜਾਂ ਨੇ, ਅਗਰ ਤਾਂ ਪਹਿਲੇ 3 ਸਟੇਜਾਂ ਦੇ ਵਿੱਚ ਹੈਗਾ ਉਹ ਮੈਡੀਕਲ ਤੌਰ 'ਤੇ ਵਧੀਆ ਇਲਾਜ ਹੈ, ਅਗਰ ਚੌਥੇ ਅਤੇ 5ਵੇਂ ਨੰਬਰ ਦੀ ਸਟੇਜ ਹੈ ਉਹਦੇ ਵਾਸਤੇ ਅਲਟੀਮੇਟਲੀ ਜੁਆਇੰਟ ਰਿਪਲੇਸਮੈਂਟ ਹੀ ਕਰਾਉਣਾ ਪੈਂਦਾ ਹੈ। ਬਟ ਇੱਕ ਤੌਰ 'ਤੇ ਉਹਨੂੰ ਮੈਡੀਕਲੀ ਆਪਾਂ ਲੋਂਗ ਜਿਹੜੀ ਲਾਈਫ ਹੈ ਗੋਡਿਆਂ ਦੀ ਵਧਾ ਸਕਦੇ ਹਾਂ, ਉਹਦੇ ਵਾਸਤੇ ਬਹੁਤ ਤਰ੍ਹਾਂ ਦੇ ਇਲਾਜ ਨੇ, ਉਹਦੇ ਵਾਸਤੇ ਮੈਡੀਸਨਸ ਵੀ ਹੈ, ਐਕਸਰਸਾਈਜ਼ ਵੀ ਹੈਗੀਆਂ, ਅਤੇ ਕੁਛ ਤੌਰ 'ਤੇ ਇੰਟਰ ਆਰਟੀਕੂਲਰ ਇੰਜੈਕਸ਼ਨ ਆਉਂਦੇ ਜਿਹੜੇ ਗੋਡੇ ਦੇ ਵਿੱਚ ਆਪਾਂ ਲਗਾ ਸਕਦੇ ਹਾਂ, ਉਹਨੂੰ ਕਹੀਦਾ ਕਿ ਤਾਂ ਸਿੱਧਾ ਗਰੀਸ ਗੋਡਿਆਂ ਦੇ ਵਿੱਚ ਭਰ ਦਿੰਦੀ ਹੈ। ਨਹੀਂ, ਜਿਵੇਂ ਅੱਜ ਕੱਲ੍ਹ ਚੱਲਣ ਬਹੁਤ ਚੱਲ ਪਿਆ ਵੀ ਡਾਕਟਰ ਕੋਲ ਜਾਂਦੇ ਅਤੇ ਉਹ ਕਹਿੰਦੇ ਜੁਆਇੰਟ ਰਿਪਲੇਸਮੈਂਟ ਕਰਾ ਲਓ, ਉੱਦਾਂ ਦੇ ਕੇਸਿਸ ਟਾਲੇ ਜਾ ਸਕਦੇ ਆ? ਵੀ ਸਟੇਜ ਦੇ ਉੱਪਰ ਨਿਰਭਰ ਹੈ,
ਕਿ ਗੋਡੇ ਦੀ ਕਿਆ ਸਟੇਜ ਹੈ ਉਹ ਕਲੀਨਿਕਲ ਹਿਸਟਰੀ ਦੇ ਉੱਪਰ ਕਲੀਨਿਕਲ ਐਗਜ਼ਾਮੀਨੇਸ਼ਨ ਦੇ ਉੱਪਰ ਤੇ ਐਕਸਰੇ ਦੇ ਪਿਕਚਰ ਦੇ ਉੱਪਰ ਆਪਾਂ ਉਹਨੂੰ ਸਟੇਜ ਨੂੰ ਡਿਫਾਈਨ ਕਰ ਸਕਦੇ ਹਾਂ। ਇਸ ਵਾਸਤੇ ਤਕਰੀਬਨ 15 ਤੋਂ 20 ਮਿੰਟ ਦਾ ਰੋਜ਼ ਡੇਲੀ ਐਕਸਪੋਜ਼ਰ 90% ਬਾਡੀ ਦੇ ਉੱਪਰ ਪਏ, ਮੈਂ ਇੱਥੇ ਕਹਿੰਦਾ 90% ਬਾਡੀ ਦੇ ਉੱਪਰ, ਜੋ ਇੰਡੀਅਨ ਪਾਪੂਲੇਸ਼ਨ ਦੇ ਵਿੱਚ ਪੋਸੀਬਲ ਹੀ ਨਹੀਂ ਹੈ। ਸੋ ਆਪਾਂ ਸਾਰੇ ਵਾਈਟਾਮਿਨ ਡੀ ਡੈਫੀਸ਼ੈਂਟ ਹਾਂ, ਉਹਦੇ ਕਿਆ ਲੱਛਣ ਹੈ ਵਾਈਟਾਮਿਨ ਡੀ ਡੈਫੀਸ਼ੈਂਸੀ ਦੇ? ਉਹਦੇ ਲੱਛਣ ਹੈ ਥਕਾਵਟ ਸਰੀਰ ਦੇ ਵਿੱਚ, ਨਿਡਾਲੀਪਨ, ਨੀਂਦ ਵਰਦਾ ਨਹੀਂ, ਭੁੱਲਣਾ ਲੋਕਾਂ ਦਾ, ਡਿਮੈਂਸ਼ੀਆ ਜਿਹਨੂੰ ਕਹੀਦਾ, ਸਾਡੀ ਡਿਮੈਂਸ਼ੀਆ ਆਉਣਾ ਸ਼ੁਰੂ ਹੋ ਜਾਂਦਾ, ਸਿਰ ਦਰਦ ਹੋਣੀ ਸ਼ੁਰੂ ਹੋ ਜਾਂਦੀ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।